ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲੋਕਵਾਜੀ ਟੀਵੀ ਤੇ ਮੈਂ ਮਨਿੰਦਰ ਜੀ ਸਿੱਧੂ ਗੱਲ ਕਰਾਂਗੇ ਐਮਸੀ ਇਲੈਕਸ਼ਨ ਦੀ ਐਮਸੀ ਇਲੈਕਸ਼ਨ ਦੇ ਵਿੱਚ ਅੱਜ ਦਾ ਦਿਹਾੜਾ ਰਹਿ ਗਿਆ ਕੱਲੋਂ ਐਮਸੀ ਇਲੈਕਸ਼ਨ ਹੋਣ ਜਾ ਰਹੇ ਐ ਤੇ ਪੂਰੀਆਂ ਤਰ੍ਹਾਂ ਦੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਇਲੈਕਸ਼ਨ ਨੂੰ ਨੇਪਰੇ ਚੜਾਉਣ ਲਈ ਅਸੀਂ ਲਗਾਤਾਰ ਗੱਲਬਾਤ ਕਰਦੇ ਆਂ ਐਮਸੀ ਉਮੀਦਵਾਰਾਂ ਦੇ ਨਾਲ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਅੱਜ ਅਸੀਂ ਗੱਲਬਾਤ ਕਰਾਂਗੇ 12 ਨੰਬਰ ਵਾਰਡ ਨੰਬਰ 12 ਜੈਤੋ ਦੇ ਭਾਜਪਾ ਤੋਂ ਭਾਜਪਾ ਤੋਂ ਉਮੀਦਵਾਰ ਸੰਦੀਪ ਕੁਮਾਰ ਟੋਨੀ ਜਿਨ੍ਹਾਂ ਨੂੰ ਟੋਨੀ ਪਾਟਲ ਵੀ ਕਿਹਾ ਜਾਂਦਾ ਉਹਨਾਂ ਨਾਲ ਉਹਨਾਂ ਤੋਂ ਸਵਾਲ ਕਰਾਂਗੇ ਕੁਝ ਅਜਿਹੇ ਜੋ ਬੀਜੇਪੀ ਤੇ ਵੀ ਉੱਠਦੇ ਆ ਤੇ ਨਾਲ ਨਾਲ ਕੀ ਉਹਨਾਂ ਦੇ ਏਜੰਡੇ ਹੋਣਗੇ ਵਾਰਡ ਦੇ ਵਿਕਾਸ ਨੂੰ ਲੈ ਕੇ ਪਾਟਲ ਸਾਹਿਬ ਸਵਾਗਤ ਹੈ ਤੁਹਾਡਾ ਲੋਕਵਾਜੀ ਟੀਵੀ ਬਹੁਤ ਬਹੁਤ ਧੰਨਵਾਦ ਮਨਜਿੰਦਰ ਜੀ ਤੁਹਾਡਾ ਜੋ ਤੁਸੀਂ ਅੱਜ ਮੇਰੀ ਇੰਟਰਵਿਊ ਲੈਣ ਆਏ ਹੋ ਲੋਕਵਾਜੀ ਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾ ਸਵਾਲ ਮੇਰਾ ਜੀ ਬੀਜੇਪੀ ਇਸ ਵਕਤ ਜੇਕਰ ਅਸੀਂ ਗੱਲ ਕਰੀਏ ਭਾਜਪਾ ਦੇ ਖਿਲਾਫ ਚੱਲ ਰਹੀ ਹੈ ਲਹਿਰ ਕਿਸਾਨਾਂ ਵੱਲੋਂ ਕਿਸਾਨ ਨੇ ਧਰਨੇ ਤੇ ਬੈਠੇ ਆ ਉਸ ਲਹਿਰ ਦੇ ਚੱਲਦਿਆਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਤੁਹਾਨੂੰ ਰਿਪੋਰਟ ਪਹੁੰਚ ਜਾਈ ਕਿਉਂਕਿ ਜਿਹੜਾ ਕਿਸਾਨ ਉਹਦੇ ਨਾਲ ਵਪਾਰੀ ਜੁੜਿਆ ਹੁੰਦਾ ਆੜਤੀਆ ਹੋਵੇ ਉਹ ਦੋਨਾਂ ਦੇ ਨਾਲ ਲਿੰਕ ਹੈ ਤੇ ਆੜਤੀ ਦੇ ਉੱਪਰ ਵਾਰ-ਵਾਰ ਭਾਜਪਾ ਵੱਲੋਂ ਇੱਕ ਕਿਹਾ ਗਿਆ ਵਿਚੋਲੀਆ ਵਿਚੋਲੀਆ ਕੀ ਲੱਗਦਾ ਹੈ ਅਜਿਹੇ ਕੁਝ ਸ਼ਬਦਾਂ ਦੇ ਬਾਅਦ ਤੁਹਾਨੂੰ ਕੋਈ ਵਿਰੋਧ ਦਾ ਸਾਹਮਣਾ ਕਰਨਾ ਪਿਆ ਰਹੇ ਹੋਵੇ ਜਾਂ ਕੋਈ ਤੁਹਾਨੂੰ ਸਮੱਸਿਆ ਵਾਇਆ ਹੋਣ ਇਹਦੇ ਬਾਰੇ ਜਰੂਰ ਮੰਨਦੀ ਤੁਹਾਨੂੰ ਜਿਹੜੀ ਵਿਚੋਲੀਆ ਸ਼ਬਦ ਦੀ ਗੱਲ ਹੈ ਉਹ ਸਾਡੀ ਵਿਚੋਲੀਆ ਦਾ ਮਤਲਬ ਅਸੀਂ ਕਿਸੇ ਆੜਤੀਏ ਨੂੰ ਜਾਂ ਕਿਸੇ ਕਿਸਾਨ ਨੂੰ ਉਹਨੂੰ ਨਹੀਂ ਵਿਚੋਲੀਆ ਕਿਹਾਗਾ ਅਸੀਂ ਵਿਚੋਲੀਆ ਉਹ ਲੋਕਾਂ ਨੂੰ ਕਿਹਾ ਹੈਗਾ ਜਿਹੜੇ ਲੋਕ ਕਿਸਾਨਾਂ ਦਾ ਫਾਇਦਾ ਉਠਾ ਕੇ ਫਸਲ ਦੇ ਵਿੱਚੋਂ ਕਮਿਸ਼ਨ ਖਾਂਦੇ ਆ ਜਿਹੜੇ ਦੂਸਰੀ ਸਟੇਟਾਂ ਜਾ ਕੇ ਮਾਲ ਵੇਚ ਬਕਾਉਂਦੇ ਆ ਤੇ ਕਮਿਸ਼ਨ ਖਾਂਦੇ ਆ ਅਸੀਂ ਉਹਨਾਂ ਨੂੰ ਵਿਚੋਲੀਆ ਕਿਹਾ ਨਾ ਕਿ ਅਸੀਂ ਆੜਤੀਆਂ ਨੂੰ ਆੜਤੀਏ ਵੀ ਸਾਡੇ ਭਰਾ ਹੈ ਵਪਾਰੀ ਵੀ ਸਾਡਾ ਭਰਾ ਹੈ ਕਿਸਾਨ ਵੀ ਸਾਡਾ ਭਰਾ ਹੈ ਕਿਸਾਨ ਸਾਡਾ ਅੰਦਤ ਹੈ ਅਸੀਂ ਅੰਦਤਾਂ ਦੇ ਨਾਲ ਆ ਭਾਰਤੀ ਜਨਤਾ ਪਾਰਟੀ ਅੰਦਤਾਂ ਦੀ ਬਹੁਤ ਕਦਰ ਕਰਦੀ ਹੈ ਜੈ ਜਵਾਨ ਜੈ ਕਿਸਾਨ ਜੋ ਨਾਰਾ ਲਾਲਬਾਧੁਰ ਸ਼ਾਸਤਰੀ ਨੇ ਦਿੱਤਾ ਸੀ ਉਸ ਦੇ ਉੱਤੇ ਹੀ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਤੁਸੀਂ ਐਮਸੀ ਉਮੀਦਵਾਰ ਹੋ ਬੀਜੇਪੀ ਵੱਲੋਂ ਜੇਕਰ ਤੁਸੀਂ ਚੋਣ ਜਿੱਤਦੇ ਹੋ ਚੋਣ ਜਿੱਤਣ ਤੋਂ ਬਾਅਦ ਕੀ ਤੁਹਾਡੀ ਪਲੈਨਿੰਗ ਹੈ ਕਿਸ ਤਰੀਕੇ ਦੇ ਨਾਲ ਸ਼ਹਿਰ ਅਤੇ ਵਾਰਡ ਦੇ ਵਿਕਾਸ ਲਈ ਤੁਹਾਡੇ ਵੱਲੋਂ ਕਾਰਜ ਕੀਤੇ ਜਾਣਗੇ ਮਨਜਿੰਦਰ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੈਤੋ ਦੇ ਵਿੱਚ ਤੁਸੀਂ ਵੀ ਜੈਤੋ ਦੇ ਨਿਵਾਸੀ ਹੋ ਜੈਤੋ ਦੇ ਜਦੋਂ ਬਰਸਾਤ ਆਂਦੀ ਹੈ ਸਾਰਾ ਜੈਤੋ ਸ਼ਹਿਰ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਹੈ ਪਾਰਕ ਦੇ ਕੋਲ ਕੋਈ ਲੰਘ ਨਹੀਂ ਸਕਦਾ ਕੋਈ ਮਾਰ ਕਮੇਟੀ ਕੋਲ ਨਹੀਂ ਲੰਘ ਸਕਦਾ ਸਿਰਫ ਤੇ ਸਿਰਫ ਸਾਡਾ ਇੱਕ ਆ ਜਿਹੜੀ ਗਲੀ ਹੈਗੀ ਸਿਰਫ ਇੱਥੋਂ ਹੀ ਲੋਕ ਟੱਪ ਸਕਦੇ ਹੈਗੇ ਇਹ ਕਾਰਨ ਕੀ ਹੈ ਪਿਛਲੀ ਸਰਕਾਰਾਂ ਦੀ ਨਲਕੀ ਹੈ ਚਾਹੇ ਅੱਜ ਮੌਜੂਦਾ ਸਰਕਾਰ ਕਾਂਗਰਸ ਦੀ ਹੈ ਉਹਨਾਂ ਦੀ ਹੀ ਨਲਕੀ ਹੈ ਉਹਨਾਂ ਦੀ ਜਿਹੜੇ ਪਾਲਿਸੀਆਂ ਬੜੀਆਂ ਗੰਦੀਆਂ ਪਾਲਿਸੀਆਂ ਬਣਾਈਆਂ ਗਈਆਂ ਸਿਰਫ ਕਿਸੇ ਬੰਦੇ ਨੂੰ ਜਾਤੀ ਫਾਇਦਾ ਪਹਚਾਣ ਵਾਸਤੇ ਜਿਹੜਾ ਡਰੇਨ ਸਿਸਟਮ ਹੈਗਾ ਉਹਨੂੰ ਉਚਾਈ ਤੇ ਕਰਤਾ ਕਦੇ ਵੀ ਪਾਣੀ ਉਤਾਰ ਤੇ ਚੜਾਉਦੇ ਨਹੀਂ ਜਾਂਦਾ ਹੁੰਦਾ ਉਤਾਰ ਆਉਂਦਾ ਹੁੰਦਾ ਇਹਨਾਂ ਨੇ ਸਾਰੇ ਪਾਣੀ ਦਾ ਜਿਹੜਾ ਨਿਕਾਸ ਹੈਗਾ ਉਚਾਈ ਤੇ ਕਰ ਰੱਖਿਆ ਸ਼ਹਿਰ ਸਾਡਾ ਨੀਵਾ ਹੈਗਾ ਮੇਰੇ ਮਨ ਦੇ ਵਿੱਚ ਇੱਕ ਪਲ ਵੀ ਜਿਸ ਤਰ੍ਹਾਂ ਇਹਨਾਂ ਨੇ 34 34 ਫੁੱਟ ਡੂੰਗੀ ਡਿੱਗੀ ਹੈ ਪਾਣੀ ਦੀ ਜਿੱਥੇ ਪਾਣੀ ਜਾ ਕੇ ਡਰੇਨ ਕਰਦੇ ਹੈਗੇ ਫਿਰ ਉਹਨੂੰ ਮੋਟਰਾਂ ਨਾਲ ਬਾਹਰ ਕੱਢਦੇ ਕਿੰਨੀਆਂ ਕਿ ਮੋਟਰਾਂ ਲਾਵਾਂਗੇ ਆਪਾਂ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨੂੰ ਪਾਈਪ ਨੂੰ ਜਿਹੜਾ ਅਗਾਂ ਨੀਵਾ ਕੀਤਾ ਜਾਊਗਾ ਨੀਵਾ ਕਰਕੇ ਉਹਨੂੰ ਉਹਦਾ ਲੈਵਲ ਬਣਾ ਕੇ ਔਰ ਪਾਣੀ ਨੂੰ ਪ੍ਰੋਪਰ ਕੱਢ ਕੇ ਸ਼ਹਿਰ ਦੇ ਬਾਹਰ ਔਰ ਜਿੰਨੀਆਂ ਵੀ ਨਾਲੀਆਂ ਸ਼ਹਿਰ ਦੀਆਂ ਮੇਰੇ ਵਾਰਡ ਦੀਆਂ ਮੇਰੀ ਕੋਸ਼ਿਸ਼ ਹੋਊ ਉਹਨਾਂ ਟਕਿਆ ਜਾਵੇ ਉਹਨਾਂ ਨੂੰ ਬਿਲਕੁਲ ਪ੍ਰੋਪਰ ਟਕਿਆ ਜਾਵੇ ਔਰ ਸਟਰੀਟ ਲਾਈਟ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਮੇਰੇ ਵਾਰਡ ਦੇ ਵਿੱਚ ਵਧੀਆ ਕਰੂੰਗਾ ਔਰ ਸੀਸੀਟੀਵੀ ਕੈਮਰੇ ਲ ਸੁਰੱਖਿਆ ਦੇ ਵਿੱਚ ਪੂਰਾ ਯੋਗਦਾਨ ਦਵਾਂਗੇ ਕਿਉਂਕਿ ਚੋਰੀਆਂ ਬਹੁਤ ਹੁੰਦੀਆਂ ਸਾਡੇ ਇੱਥੇ ਪਹਿਲਾਂ ਡਾਕਾ ਵੀ ਪੈ ਚੁੱਕਿਆ ਸਾਡੇ ਵਾਰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਤੇ ਇਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਥੇ ਵਾਰਡ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਅਸੀਂ ਲਗਾਵਾਂਗੇ ਸਹੀ ਤੁਹਾਨੂੰ ਅਗਲੀ ਗੱਲਬਾਤ ਤੋਂ ਪਹਿਲਾਂ ਦਿਖਾ ਦਈਏ ਕਿ ਜਿਹੜੇ ਟੋਨੀ ਪਟਲਾ ਇਹਨਾਂ ਦੇ ਜੇ ਅਸੀਂ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਰਾਜਨਾਥ ਜੋਕੇ ਰ ਮੰਤਰੀ ਨੇ ਕੈਬਨਟ ਮੰਤਰੀ ਨੇ ਸੈਂਟਰ ਸਰਕਾਰ ਦੇ ਵਿੱਚ ਉਹਨਾਂ ਨਾਲ ਵੀ ਕਰੀਬੀ ਸਬੰਧ ਰਹੇ ਨੇ ਹਾਂਜੀ ਪਾਟਲ ਸਾਹਿਬ ਇੱਕ ਜਿਹੜੀ ਗੱਲ ਹੈ ਤੁਹਾਡਾ ਮੁਕਾਬਲਾ ਇੱਕ ਸਰਮਾਇਦਾਰ ਵਿਅਕਤੀ ਦੇ ਨਾਲ ਹੈ ਜੋ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲੀ ਹੈ ਜਿਨ੍ਹਾਂ ਨੂੰ ਤੁਹਾਡੇ ਨਾਲੋਂ ਜੇਕਰ ਅਸੀਂ ਕਰੀਏ ਪੈਸੇ ਦੇ ਵਿੱਚ ਉਹ ਸਮਰੱਥ ਹੈ ਚੋਣਾਂ ਜਿੱਤਣ ਲਈ ਜਿਹੜਾ ਪੈਸਾ ਹੁੰਦਾ ਬੜਾ ਜ਼ਰੂਰੀ ਹੁੰਦਾ ਹੈ ਉਹਦਾ ਮੁਕਾਬਲਾ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਸੰਭਾਲ ਰਹੇ ਹੋ ਮਨਜਿੰਦਰ ਜੀ ਪਹਿਲੀ ਗੱਲ VOTER ਬੜਾ ਸਿਆਣਾ ਹੈ ਅੱਜਕੱਲ VOTER ਆਪਣੇ ਮੰਦੀ ਆਵਾਜ਼ ਨਾਲ ਆਪਣੇ ਦਿਲ ਦੇ ਨਾਲ ਵੋਟ ਪਾਂ ਜਾਂਦਾ ਹੈਗਾ ਉਹ ਸਭ ਨੂੰ ਪਤਾ ਹੈਗਾ ਵੀ ਸੰਦੀਪ ਸ਼ਰਮਾ ਟੋਨੀ ਸਭ ਦੇ ਕੰਮ ਆਂਦਾ 24 ਘੰਟੇ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਆਂ ਕੋਈ ਦਿਨ ਹੋਵੇ ਜਾਂ ਰਾਤ ਹੋਵੇ ਕੋਈ ਵੀ ਮੈਨੂੰ ਕੋਈ ਕੰਮ ਲਈ ਬੁਲਾਉਂਦਾ ਮੈਂ ਤੁਰੰਤ ਖੜਾ ਹੋ ਜਾਂਦਾ ਤੁਹਾਨੂੰ ਹੀ ਪਤਾ ਹੈ ਮੰਡੀ ਦੀ ਕਿੰਨੀ ਐਜੀਟੇਸ਼ਨ ਹੋਈ ਹੈ ਹਰ ਇੱਕ ਦੇ ਜ ਵੱਟ ਚੜ ਕੇ ਮੈਂ ਮੂਰੇ ਅੱਗੇ ਕੰਮ ਕਰਦਾ ਹੈਗਾ ਔਰ ਨੰਬਰ ਤੋਂ ਲੋਕਾਂ ਨੂੰ ਇਹ ਵੀ ਪਤਾ ਹੈਗਾ ਵੀ ਜੇਕਰ ਜਿਹੜੇ ਮੇਰੇ ਸਾਹਮਣੇ ਜਿਹੜੇ ਉਮੀਦਵਾਰ ਖੜੇ ਹੈ ਪੈਸੇ ਵੱਲੋਂ ਚਾਹੇ ਮੈਂ ਉਹਨਾਂ ਤੋਂ ਕਮਜ਼ੋਰ ਆਂ ਲੇਕਿਨ ਉਹਨਾਂ ਲੋ ਪਾਵਰ ਵੱਲੋਂ ਔਰ ਅਫਸਰਾਂ ਨਾਲ ਗੱਲ ਕਰਨ ਦੇ ਵਿੱਚ ਔਰ ਕਿਸੇ ਵੀ ਅਫਸਰ ਨਾਲ ਚਾਹ ਮੈਂ ਉਹਨਾਂ ਨਾਲ ਤੁਰੰਤ ਗੱਲ ਕਰ ਸਕਦਾ ਹੈਗਾ ਉਦਾਹਰਨ ਦੇ ਤੌਰ ਤੇ ਸਪੋਝ ਕਰ ਲੋ ਵੀ ਵਾਰਡ ਦੇ ਵਿੱਚ ਕੋਈ ਕੰਮ ਪੈ ਗਿਆ ਸਰਕਾਰ ਚ ਸਾਡੀ ਹੈ ਨਹੀਂਗੀ ਅੱਜ ਲੇਕਿਨ ਮੈਂ ਇੰਨਾ ਦਮ ਤਾਂ ਰੱਖਦਾ ਨਾ ਕਿ ਕੇਂਦਰ ਤੋਂ ਆਦਾ ਮੰਤਰੀ ਲੈ ਆ ਕੇ ਉੱਥੋਂ ਵਾਰਡ ਦੇ ਵਿੱਚ ਲੈ ਗ੍ਰਾਂਟ ਲੈ ਆਉਂਗਾ ਉੱਥੋਂ ਲੈ ਆ ਕੇ ਮੈਂ ਕੰਮ ਕਰਾ ਦੂੰਗਾ ਕੇਂਦਰੀ ਮੰਤਰੀ ਬੜੇ ਮੇਰੇ ਮਿੱਤਰ ਹੈਗੇ ਜਿਵੇਂ ਵਿਜੇ ਸਾੰਪਲਾ ਜੀ ਉਹਨਾਂ ਸੀ ਕਮਿਸ਼ਨ ਦੇ ਚੇਅਰਮੈਨ ਬਣ ਗਏ ਉਸ ਤਰ੍ਹਾਂ ਅਰੁਣ ਸਿੰਘ ਹੈ ਰਾਜਨਾਥ ਸਿੰਘ ਜੀ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਹੈ ਵੀ ਮੇਰੇ ਨਿੱਜੀ ਸਬੰਧ ਬੜੇ ਅੱਛੇ ਹੈ ਸਾਰੇ ਸਾਰੀ ਪਾਰਟੀ ਦੇ ਵਿੱਚ ਉੱਥੋਂ ਤੁਸੀਂ ਕੇਂਦਰ ਸਰਕਾਰ ਤੋਂ ਫੰਡ ਲੈ ਆ ਕੇ ਅੱਛ ਕਿ ਇਹ ਜਿਹੜੀ ਭਾਜਪਾ ਦਾ ਅਕਾਲੀ ਦਲ ਨਾਲ ਨਾਤਾ ਟੁੱਟਿਆ ਅਕਾਲੀ ਦਲ ਨਾਲ ਨਾਟਾ ਟੁੱਟਣ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਵੋਟ ਸੀ ਉਹਦਾ ਵੀ ਤੁਹਾਨੂੰ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਐ ਇਸ ਟਾਈਮ ਮਨਿੰਦਰ ਜੀ ਉਹਦੀ ਕਮੀ ਕੋਈ ਮਹਿਸੂਸ ਨਹੀਂ ਹੁੰਦੀ ਕਿਉਂਕਿ ਸ਼ਹਿਰਾਂ ਦੇ ਵਿੱਚ ਜਿਹੜੀ ਵੋਟ ਸੀ ਸਾਰੀ ਭਾਰਤੀ ਜਨਤਾ ਪਾਰਟੀ ਦੀ ਸੀ ਈਵਨ ਇੱਥੋਂ ਤੱਕ ਜਿਹੜੇ ਪੋਲਿੰਗ ਇੰਡਮੈਂਡ ਮੰਦੇ ਸੀ ਖੁਦ ਬੰਦੇ ਰਹੇ ਮੈਂ ਖੁਦ ਝੋਲੇ ਚੱਕਦਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨਾਤੇ ਸਾਡੇ ਮੰਡਲ ਪ੍ਰਧਾਨ ਆ ਜਾਂ ਕੋਈ ਵੀ ਆ ਸ਼ਹਿਰ ਦੇ ਵਿੱਚ ਅੱਜ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਉਹਨਾਂ ਯਾਨੀ ਕਿ ਸ਼ਹਿਰਾਂ ਦੇ ਵਿੱਚ ਇਹ ਚੀਜ਼ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਨਹੀਂ ਮੈਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਮੈਨੂੰ ਮੇਰੇ ਵਾਰਡ ਦਾ ਬੜਾ ਪਿਆਰ ਤੇ ਸਹਿਯੋਗ ਮਿਲ ਰਿਹਾ ਬੜੇ ਲੋਕ ਮੈਨੂੰ ਪਿਆਰ ਕਰਦੇ ਆ ਬਜ਼ੁਰਗ ਸਤਿਕਾਰ ਕਰਦੇ ਆ ਮੇਰਾ ਉਹ ਸਾਰੇ ਕਹਿੰਦੇ ਵੀ ਟੋਨੀ ਸ਼ਰਮਾ ਨੂੰ ਅਸੀਂ ਚਿਤਾਨਾ ਹੈ ਪੈਸੇ ਦੀ ਇਸ ਵਾਰ ਹਾਰ ਹੋਊਗੀ ਔਰ ਇੱਕ ਆਮ ਕਰ ਦੇ ਵਿੱਚੋਂ ਸੰਦੀਪ ਸ਼ਰਮਾ ਟੋਨੀ ਜਿੱਤ ਗਿਆ ਜਾਊਗਾ ਜਿਸ ਤਰ੍ਹਾਂ ਨਰਿੰਦਰ ਮੋਦੀ ਨੂੰ ਲੋਕਾਂ ਨੇ ਚਿਤਾਇਆ ਸੀ ਨਾ ਉਸੇ ਤਰ੍ਹਾਂ ਮੈਨੂੰ ਵੀ ਲੋਕ ਇੱਥੇ ਚਿਤਾ ਕੇ ਭੇਜਣਗੇ ਅਜੇ ਇਹ ਪ੍ਰਧਾਨ ਜੇਕਰ ਬਹੁਮਤ ਦੇ ਵਿੱਚ ਜਿਸ ਤਰੀਕੇ ਨਾਲ ਆਮ ਹੀ ਹੁੰਦਾ ਹੈ ਕਿ ਜਿਹਦੀ ਸਰਕਾਰ ਹੁੰਦੀ ਆ ਉਹਦੇ ਐਮਸੀਆਂ ਦੀ ਬਹੁਮਤ ਹੁੰਦੀ ਆ ਤੇ ਉਹਦਾ ਹੀ ਪ੍ਰਧਾਨ ਬਣਦਾ ਹੈ ਜੇਕਰ ਪ੍ਰਧਾਨ ਬਣ ਜਾਂਦਾ ਹੈ ਕਾਂਗਰਸ ਪਾਰਟੀ ਦਾ ਤੁਸੀਂ ਜਿੱਤ ਜਾਂਦੇ ਆ ਭਾਜੀਪੀ ਵੱਲੋਂ ਤਾਂ ਜਿਹੜੀਆਂ ਸਮੱਸਿਆਵਾਂ ਵਾਰਡ ਦੀਆਂ ਉਹ ਦੂਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਅੜਚਣਾ ਆਉਣੀ ਆ ਫੰਡ ਵੀ ਨਹੀਂ ਦਿੱਤੇ ਜਾਂਦੇ ਦੂਰ ਵੀ ਰੱਖਿਆ ਜਾਂਦਾ ਹੈ ਚੀਜ਼ਾਂ ਜਿਉਂ ਤੇ ਉਹਨੂੰ ਕਿਵੇਂ ਮੁਕਾਬਲਾ ਕੀਤਾ ਜਾਵੇ ਮਨਿੰਦਰ ਜੀ ਜੀ ਕਈ ਲੋਕਾਂ ਨੂੰ ਭਿਖਾ ਹੈਗਾ ਜਦੋਂ ਤੁਹਾਡੀ ਸਰਕਾਰ ਨਹੀਂ ਤੁਹਾਨੂੰ ਫੰਡ ਨਹੀਂ ਮਿਲੂਗਾ ਹਰ ਇੱਕ ਐਮਸੀ ਦਾ ਇੱਕ ਕ੍ਰਾਈਟੇਰੀਆ ਹੁੰਦਾ ਹੈਗਾ ਉਹ ਡੀਸੀ ਕੋਲ ਜਾ ਕੇ ਡਿਸਟ੍ਰਿਕਟ ਪਲੈਨਿੰਗ ਬੋਰਡ ਤੋਂ ਵੀ ਆਪਦਾ ਫੰਡ ਲਿਆ ਸਕਦਾ ਹੈਗਾ ਔਰ ਕਿਸੇ MP ਤੋਂ ਵੀ ਲੈ ਸਕਦਾ ਬਾਹਰਲੇ MP ਤੋਂ ਵੀ ਲੈ ਆ ਕੇ ਫੰਡ ਲੈ ਆ ਸਕਦਾ ਮੈਂ ਇੱਥੇ ਕੋਈ ਵੀ ਰਾਜ ਸਭਾ ਮੈਂਬਰ ਕਿਸੇ ਵੀ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਦੇ ਕਿਸੇ ਵੀ ਹਲਕੇ ਦੇ ਵਿੱਚ ਜਾ ਕੇ ਆਦਾ ਫੰਡ ਵੰਡ ਸਕਦਾ ਹੈਗਾ ਉੱਥੋਂ ਲੈ ਆਵਾਂਗੇ ਫੰਡ ਅਸੀਂ ਬਾਕੀ ਇਹ ਤੁਹਾਨੂੰ ਸ਼ੋਰਟੀ ਦਿੰਨਾ ਮੈਂ ਚਾਹੇ ਅਸੀਂ ਆਪੋਜੀਸ਼ਨ ਚ ਰਹੀਏ ਸਾਨੂੰ ਤਾਂ ਉਮੀਦ ਹੈਗੀ ਵੀ ਅਸੀਂ 8 ਉਮੀਦਵਾਰ ਖੜੇ ਕੀਤੇ ਜੈਤੋ ਦੇ ਵਿੱਚ ਅਸੀਂ ਆਪਦੀ 5 ਤੋਂ 6 ਉਮੀਦਵਾਰ ਸਾਡੇ ਜਿੱਤਣਗੇ ਭਾਰਤੀ ਜਨਤਾ ਪਾਰਟੀ ਦੇ ਅਗਰ ਖੁਦਾ ਨਾ ਖਾਸਤਾ ਸਾਡੀ ਗਿਣਤੀ ਘਟ ਜਾਂਦੀ ਹੈ ਔਰ ਕਾਂਗਰਸ ਦੀ ਵੱਧ ਜਾਂਦੀ ਹੈ ਉਹਨਾਂ ਦੀ ਮжоਰੀਟੀ ਆ ਜਾਂਦੀ ਹੈ ਫਿਰ ਵੀ ਅਸੀਂ ਆਪਦੇ ਵਾਰਡ ਦੇ ਵਿੱਚ ਪੈਸਾ ਲੈ ਜਿਵੇਂ ਮਰਜ਼ੀ ਲੈ ਕੇ ਆਈਏ ਚਾਹੇ ਉਹ ਦੇ ਕੇਂਦਰੀ ਮੰਤਰੀਆਂ ਨੂੰ ਬੁਲਾਈਏ ਚਾਹੇ ਅਸੀਂ ਉੱਪਰੋਂ ਫੋਨ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਵੀ ਸਾਨੂੰ ਲੱਗਿਆ ਅਸੀਂ ਉੱਥੋਂ ਲਿਆ ਕੇ ਗਰਾਂਟਾ ਪੇਸ਼ ਕਰਾਂਗੇ ਇੱਥੇ ਲੋਕਾਂ ਵਾਸਤੇ ਅੱਛਾ ਕਾ ਵੋਟਾਂ ਹੋਣੀਆਂ ਕੱਲ ਨੂੰ ਵੋਟਾਂ ਪੈਣੀਆਂ ਵੋਟਾਂ ਦੇ ਵਿੱਚ ਹੁੰਦਾ ਹੀ ਆਇਆ ਤੁਸੀਂ ਵੀ ਅਕਾਲੀ ਦਲ ਦੇ ਭਾਈਵਾਲ ਰਹੇ ਹੋ ਅਕਾਲੀ ਦਲ ਵੱਲੋਂ ਕਿਹਾ ਜਾਂਦਾ ਸੀ ਕਿ ਵੋਟਾਂ ਦੇ ਵਿੱਚ ਧੱਕੇਸ਼ਾਹੀ ਕੀਤੀ ਜਾਂਦੀ ਹੈ ਜੇ ਅਜਿਹਾ ਕੁਝ ਕੱਲ ਨੂੰ ਕਾਂਗਰਸ ਕਰਦੀ ਹੈ ਤਾਂ ਉਹਦਾ ਮੁਕਾਬਲਾ ਟੋਨੀ ਬਾਦਲ ਕਿਸ ਤਰੀਕੇ ਨਾਲ ਕਰੇਗਾ ਮੈਂ ਤਾਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਅਸੀਂ ਕਹਿ ਚੁੱਕੇ ਸਾਡੀ ਪਾਰਟੀ ਵੱਲੋਂ ਡੀਜੀਪੀ ਦੀਨਕਰ ਗੁਪਤਾ ਜੀ ਨੂੰ ਔਰ ਜੋ ਇਲੈਕਸ਼ਨ ਕਮਿਸ਼ਨ ਹੈ ਜਗਪਾਲ ਸਿੰਘ ਸੰਧੂ ਉਹਨਾਂ ਨੂੰ ਮੇਲਸ ਪਾਰਟੀ ਵੱਲੋਂ ਦੇ ਦਿੱਤੀਆਂ ਗਈਆਂ ਹੈਗੀਆਂ ਵੀ ਨਿਰਪੱਖ ਚੋਣ ਆਉਣਾ ਚਾਹੀਦਾ ਹੈ ਵੋਟ ਪਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਤੁਹਾਨੂੰ ਪਤਾ ਹੈ ਵੀ VOTER ਨੇ ਤਾਂ ਜਾ ਕੇ ਅੰਦਰ ਵੋਟ ਪਾਣੀ ਹੈ ਬਾਹਰ ਤੱਕੇ ਬਾਹਰ ਜੋ ਮਰਜ਼ੀ ਕਰੀ ਜਾਣ ਅੰਦਰ ਜਾ ਕੇ ਪੀਵੀਐਮ ਦਾ ਬਟਨ ਦੱਪਣਾ ਹੈਗਾ ਲੋਕਾਂ ਨੇ ਤੇ ਮੈਨੂੰ ਉਮੀਦ ਹੈ ਵੀ ਸਾਰੇ ਕਮਲ ਦਾ ਨਿਸ਼ਾਨ ਦਬਾ ਕੇ ਵਿਕਾਸ ਦੇ ਨਾਤੇ ਸਾਨੂੰ ਵੋਟ ਪਾਣਗੇ ਮੋਦੀ ਦੀਆਂ ਸਕੀਮਾਂ ਹੈਗੀਆਂ ਜਨ ਦਨ ਯੋਜਨਾ ਉਜਵਲਾ ਯੋਜਨਾ ਕਿਸ ਤਿਸ ਤਰ੍ਹਾਂ ਸ਼ਹਿਰਾਂ ਦੀ ਸ਼ਹਿਰਾਂ ਦੀ ਯੋਜਨਾਵਾਂ ਗਰੀਬ ਕਰਾਂ ਦੇ ਵਿੱਚ ਮਕਾਨ ਕੱਚੇ ਪੱਕੇ ਮਕਾਨਾਂ ਦੇ ਪੈਸੇ ਦੇਣਾ ਔਰ ਇੱਕ ਸਭ ਤੋਂ ਵੱਡਾ ਜਿਹੜਾ ਮੋਦੀ ਜੀ ਨੇ ਕੰਮ ਕੀਤਾ ਆਯੂਸ਼ਮਨ ਯੋਜਨਾ 5 ਲੱਖ ਰੁਪਏ ਦਾ ਬੀਮਾ ਬਿਲਕੁਲ ਫ੍ਰੀ ਹੈਲਥ ਦਾ ਉਹ ਕੇਂਦਰ ਸਰਕਾਰ ਨੇ ਕੀਤਾ ਸਾਨੂੰ ਉਮੀਦ ਹੈ ਵੀ ਜਿਹੜੀਆਂ ਲੋਕਾਂ ਨੂੰ ਸਕੀਮਾਂ ਮਿਲੀਆਂ ਹੈਗੀਆਂ ਉਸ ਦੇ ਉੱਤੇ ਸਾਨੂੰ ਵੋਟ ਬਹੁਤ ਪਾਊਗੀ ਔਰ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਲੋਕਾਂ ਨੂੰ ਇਹ ਵੀ ਪਤਾ ਹੈ ਕਿ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੰਨੀ ਬੰਨੀ ਹੈ ਹੋ ਇਹ 6 ਮਹੀਨਿਆਂ ਦੀ ਸਾਰੀ ਗੱਲ ਹੈ 6 ਮਹੀਨੇ 7 ਮਹੀਨੇ ਬਾਅਦ ਇਲੈਕਸ਼ਨ ਹੋਣੇ ਹਨ ਮਨਜਿੰ ਸਰਕਾਰ ਸਾਡੀ ਬਣ ਜਾਣੀ ਹੈ ਅਸੀਂ ਆਪਣੇ ਆਪ ਆਪਦੇ ਕੰਮ ਕਰਾਂਦੇ ਰਵਾਂਗੇ ਚੈੱਕ ਹੋਰ ਗੱਲ ਆ ਜਿਹੜਾ ਤੁਸੀਂ ਖੜੇ ਹੋ ਵਪਾਰੀ ਵਾਰਡ ਆ ਜ਼ਿਆਦਾਤਰ ਲੋਕ ਕਾਰੋਬਾਰੀ ਆ ਕਾਰੋਬਾਰੀਆਂ ਤੇ ਜੀਐਸਟੀ ਤੇ ਨੋਟਬੰਦੀ ਦਾ ਬੜਾ ਅਸਰ ਮੰਨਿਆ ਜਾਂਦਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹਨੇ ਸਾਡੇ ਕਾਰੋਬਾਰਾਂ ਤੇ ਸੱਟ ਮਾਰੀ ਆ ਉਹਦਾ ਵੀ ਤਾਂ ਪ੍ਰਭਾਵ ਦੇਖਣ ਨੂੰ ਮਿਲਦਾ ਉਹ ਬਤੌਰ ਬੀਜੇਪੀ ਕੈਂਡੀਡੇਟ ਮਨਿੰਦਰ ਜੀ ਉਹਦਾ ਪ੍ਰਭਾਵ ਮੈਨੂੰ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਜੀਐਸਟੀ ਜਿਹੜਾ ਹੈਗਾ ਜੀਐਸਟੀ ਵਪਾਰੀ ਸਾਰੇ ਦਿੰਦੇ ਆ ਕਿਉਂਕਿ ਉਹਨਾਂ ਨੂੰ ਵਾਪਸ ਵੀ ਆਉਂਦਾ ਹੈ ਜੀਐਸਟੀ ਦੀ ਰਿਟਰਨ ਵੀ ਆਂਦੀ ਹੈਗੀ ਟਾਈਮ ਪਾ ਕੇ ਰਿਟਰਨ ਗਵਰਨਮੈਂਟ ਵਾਪਸ ਕਰਦੀ ਹੈ ਕਿ ਜਿੰਨਾ ਜਿੰਨਾ GST ਸੈਂਟਰ ਨੂੰ ਜਾਂਦਾ ਉਹਨਾਂ ਸਟੇਟ ਸਟੇਟ ਨੂੰ ਆਂਦਾ ਵਾਪਸ ਇਸ ਕਰਕੇ ਵਪਾਰੀ ਨੂੰ ਵੀ ਰਿਟਰਨ ਆਂਦੀ ਹੈ GST ਦੀ ਕੋਈ ਇਹ ਜੀ ਗੱਲ ਨਹੀਂ ਹੈ ਕਿਉਂਕਿ ਵਪਾਰੀ ਬਰਾਸੋਖ ਸੁਖੇ ਹੋਗੇ GST ਭਰ ਕੇ ਪਾਸੇ ਹੋ ਜਾਂਦਾ ਕੋਈ ਇਨਸਪੈਕਟਰ ਨਹੀਂ ਆਂਦਾ ਕੋਈ ਤੰਗ ਨਹੀਂ ਕਰਦਾ ਕੋਈ ਅਫਸਰ ਨਹੀਂ ਤੰਗ ਕਰਦਾ ਪਹਿਲਾਂ ਕਦੇ ਕੋਈ ਸੇਲ ਟੈਕਸ ਆ ਲਾ ਗਿਆ ਅਗਲੇ ਮਾਰ ਦੇ ਵਿੱਚ ਕਦੇ ਕੋਈ ਕੁਛ ਆ ਗਿਆ ਕਦੇ ਕੁਛ ਆ ਗਿਆ ਉਹਨਾਂ ਚੀਜ਼ੋਂ निजात ਮਿਲ ਗਈ ਉਹਨਾਂ ਨੂੰ ਸਾਫ਼ ਬਿਜ਼ਨਸ ਕਰਦੇ ਆ ਆਪਣਾ ਵਪਾਰੀ ਆਪਦਾ ਕੰਮ ਕਰੀ ਜਾਂਦੇ ਆ ਸਰਕਾਰ ਨੂੰ ਸਰਕਾਰ ਦਾ ਹਿੱਸਾ ਸਰਕਾਰ ਨੂੰ ਜਾ ਰਿਹਾ ਜੋ ਪੈਸਾ ਜਾਣਾ ਹੈ ਰੈ ਅੰਤ ਦੇ ਵਿੱਚ ਸਵਾਲ ਹੈ ਚੋਨੀ ਪਾਟਲ ਨੂੰ ਲੋਕ ਵੋਟ ਕਿਉਂ ਕਰਨ ਬਾਕੀ ਉਮੀਦਵਾਰਾਂ ਨਾਲ ਉਹਦੇ ਕੋਲ ਕੀ ਵੱਖਰਾ ਹੈ ਤੇ ਕੀ ਉਹ ਵੱਖਰੇ ਕੰਮ ਕਰਨਗੇ ਜਿਸ ਦੇ ਆਧਾਰ ਤੇ ਲੋਕ ਉਹਨਾਂ ਨੂੰ ਵੋਟ ਪਾਉਣ ਮੈਂ ਆਪਣੇ ਆਪ ਨੂੰ ਸਾਰੇ ਕੈਂਡੀਡੇਟਾਂ ਤੋਂ ਇਸ ਕਰਕੇ ਵੱਖਰਾ ਸਮਝਦਾ ਇੱਕ ਤਾਂ ਜਿਹੜੀ ਤੁਸੀਂ ਮੈਂ ਪਹਿਲਾਂ ਗੱਲ ਕਹੀ ਵੀ ਮੇਰੇ ਮੂਰੇ ਬਹੁਤ ਵੱਡੇ ਸਰਮਾਇਦਾਰ ਖੜੇ ਹੈ ਮੈਂ ਇੱਕ ਆਮ ਨਾਗਰਿਕ ਹੈ ਮੇਰੇ ਪਿਤਾ ਜੀ ਡੀਸੀ ਦਫਤਰ ਚੋਂ ਰਿਟਾਇਰਡ ਇੱਕ ਮੁਲਾਜ਼ਮ ਡੀਸੀ ਦੇ ਪੀ ਰਿਟਾਇਰ ਹੋਏ ਇਮਾਨਦਾਰੀ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਅੱਜ ਮੇਰੇ ਕੋਲ ਤੁਸੀਂ ਦੇਖ ਲਓ ਵੀ ਮੈਂ ਰਾਜਨੀਤੀ ਦੇ ਵਿੱਚ ਇੰਨਾ ਉੱਚ ਸਤਾਨ ਤੇ ਜਾ ਚੁੱਕਿਆ ਹੈ ਪਰ ਮੇਰੇ ਬਾਰੇ ਤੁਹਾਨੂੰ ਪਤਾ ਵੀ ਦੱਸੋ ਮੇਰੇ ਕੋਲ ਆਜਾ ਆਦਾ ਮੋਟਰਸਾਈਕਲ ਵੀ ਹੈ ਨੀਗਾ ਮੈਂ ਆਪਣੇ ਲਈ ਕੁਝ ਨਹੀਂ ਬਣਾਇਆ ਅਸੀਂ ਲੋਕਾਂ ਦੀ ਸੇਵਾ ਹੀ ਕੀਤੀ ਹੈ ਔਰ ਲੋਕ ਮੈਨੂੰ ਇਹੀ ਦੇਖ ਕੇ ਮੈਨੂੰ ਵੋਟ ਪਾਣਗੇ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸੰਦੀਪ ਕੁਮਾਰ ਟੋਨੀ ਪਾਟਲ ਜੋ ਕਿ ਬੀਜੇਪੀ ਦੇ 12 ਨੰਬਰ ਵਾਰਡ ਤੋਂ ਉਮੀਦਵਾਰ ਹੈ ਜਿਨ੍ਹਾਂ ਤੋਂ ਅਸੀਂ ਸਵਾਲ ਕੀਤਾ ਕਿ ਕਿਸ ਤਰੀਕੇ ਨਾਲ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਆ ਉਹ ਚੋਣ ਜਿੱਤਣਗੇ ਤਾਂ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਕਿਸਾਨ ਸਾਡੇ ਅੰਦਾਤਾ ਨੇ ਗੱਲਬਾਤ ਚੱਲ ਰਹੀ ਹੈ ਸਰਕਾਰ ਦੀ ਨਾਲ ਹੀ ਉਹਨਾਂ ਤੋਂ ਸਵਾਲ ਕੀਤਾ ਕਿ ਵਿਰੋਧੀ ਜੋ ਉਹਨਾਂ ਦੇ ਇਸ ਵਕਤ ਹੈ ਉਹ ਸਰਮਾਇਦਾਰ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਲੋਕਾਂ ਨੇ ਜਿਤਾਉਣਾ ਹੈ ਮੈਂ ਲੋਕਾਂ ਦੇ ਲਈ ਖੜਾ ਹੋਇਆ ਨਾ ਮੈਂ ਪੈਸਾ ਖਰਚਿਆ ਤੇ ਨਾ ਮੈਂ ਖਰਚ ਸਕਦਾ ਕੈਮਰਾ ਪਰਸਨ ਸੁਖਵੀਰ ਦੇ ਨਾਲ ਮਨਿੰਦਰ ਜੀ ਸਿੱਧੂ ਲੋਕਵਾਈ ਟੀਵੀ やっと。